ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕਮ ਜੀ YouTube ਚੈਨਲ ਲੇਅਰ ਟਰੈਕਟਰ ਦੇ ਵਿੱਚ ਸਾਰੇ ਦੋਸਤਾਂ ਨੂੰ ਅਸੀਂ ਵੈਲਕਮ ਕਰਨੇ ਆ ਤਾਂ ਦੋਸਤੋ ਫਾਰ ਸੇਲ ਟਰੈਕਟਰ ਹੈ ਜੀ MF 385 ਔਰ ਮਾਡਲ ਹੈ ਜੀ 2001 ਤਾਂ ਦੋਸਤੋ ਪਰਕਨ ਇੰਜਨ ਦੇ ਵਿੱਚ ਟਰੈਕਟਰ ਹੈ ਬਹੁਤ ਹੀ ਜ਼ਬਰਦਸਤ ਟਰੈਕਟਰ ਹੈ 14 ਤੋਂ 15 ਨੇ ਟਰੈਕਟਰ ਦੀ ਕੰਡੀਸ਼ਨ ਹੈ ਜੀ ਅਸੀਂ ਇਸ ਤਰ੍ਹਾਂ ਰਿਵਿਊ ਕਰ ਰਹੇ ਹਾਂ ਤਾਂ ਐਸਐਮਆਰ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਆ ਬਰਾਹੀਂ ਮਿਹਰਬਾਨੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਔਰ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਹੀ ਪ੍ਰੈਸ ਕਰ ਲੈਣ ਤਾਂ ਕਿ ਸਾਰੀ ਇਨਫਾਰਮੇਸ਼ਨ ਉਹਨਾਂ ਤੱਕ ਔਰ ਹਰ ਨਵੀਂ ਇਨਫਾਰਮੇਸ਼ਨ ਔਰ ਹਰ ਨਵੀਂ ਵੀਡੀਓ ਉਹਨਾਂ ਤੱਕ ਬਾਸਾਨੀ ਪਹੁੰਚਦੀ ਰਹੇ ਤਾਂ ਦੋਸਤੋ ਬਰਾਹੀਂ ਮਿਹਰਬਾਨੀ ਵੀਡੀਓ ਨੂੰ ਸਾਰੀ ਨੂੰ ਦੇਖ ਲੈਣਾ ਕੰਪਲੀਟ ਦੇਖ ਲੈਣਾ ਤਾਂ ਕਿ ਪੂਰੀ ਇਨਫਾਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਦੋਸਤੋ ਟਰੈਕਟਰ ਦਾ ਜਿਹੜਾ ਸ਼ੋਅ ਔਰ ਪੇਟੀ ਸ਼ੋਅ ਹੈ ਮਲਕ ਦੇ ਬਕੌਲ ਜੀ 14 ਨੇ ਹੈ ਗੇਅਰ ਹਿੱਸੇ ਦਾ ਟਰੈਕਟਰ ਬਹੁਤ ਹੀ ਜ਼ਬਰਦਸਤ ਹੈ ਜੀ ਔਰ ਇੰਜਨ ਪੰਪ ਪੂਰਾ ਹੈ ਜੀ ਯਾਨੀ ਕਿ 16 ਨੇ 13 ਦੀ ਕੰਡੀਸ਼ਨ 14 ਨੇ ਜੀ ਇਹ ਤੁਸੀਂ ਅੰਦਰਲੀ ਸਾਈਡ ਤੋਂ ਦੇਖ ਲਓ ਟਰੈਕਟਰ ਨੂੰ ਬਹੁਤ ਹੀ ਹਿਫਾਜ਼ਤ ਦੇ ਨਾਲ ਰੱਖਿਆ ਗਿਆ ਜੀ। ਔਰ ਬੰਪਰ ਜਿਹੜਾ ਹੈ ਬਹੁਤ ਹੀ ਸ਼ਾਨਦਾਰ ਹੈ। ਫਰੰਟ ਤੋਂ ਤੁਸੀਂ ਦੇਖ ਲਓ ਔਰ ਸਾਈਡਾਂ ਦੇਖ ਲਓ ਟਰੈਕਟਰ ਦੀਆਂ ਜੀ। ਔਰ ਬਹੁਤ ਹੀ ਜੀ ਸ਼ੌਕ ਦੇ ਨਾਲ ਟਰੈਕਟਰ ਨੂੰ ਰੱਖਿਆ ਗਿਆ। ਜ਼ਬਰਦਸਤ ਕਮਾਲ ਟਰੈਕਟਰ ਹੈ ਜੀ। ਇੱਕ ਮਾਡਲ ਹੈ। ਔਰ ਗਲਬਨ ਅਗਰ ਤੁਸੀਂ ਇਹਨੂੰ شمار ਕਰੋ ਤਾਂ 20 ਸਾਲ ਪੁਰਾਣਾ ਟਰੈਕਟਰ ਹੈ ਜੀ ਸ਼ੋ ਪੇਟੀ ਸ਼ੋ ਬਹੁਤ ਹੀ ਜ਼ਬਰਦਸਤ ਔਰ ਉਸ ਤੋਂ ਵੱਧ ਕੇ ਜੀ ਬੰਪਰ ਲੱਗਾ ਹੋਇਆ ਤਾਂ ਦੋਸਤੋ ਪੰਜਾਬ ਦਾ ਨੰਬਰ ਹੈ ਟਰੈਕਟਰ ਨੂੰ ਇਸ ਸਾਈਡਾਂ ਤੁਸੀਂ ਦੇਖ ਲਓ ਜੀ ਸੈਲਫ ਸਟਾਰਟ ਟਰੈਕਟਰ ਔਰ ਸਟੈਂਡਰਡ ਦਾ ਟਰੈਕਟਰ ਹੈ ਵਲਤੀ ਕ੍ਰੰਕ ਸਟੈਂਡਰਡ ਤੇ ਬੈਕ ਤੋਂ ਤੁਸੀਂ ਦੇਖ ਲਓ ਜੀ ਲਿੰਕਾਂ ਵਗੈਰਾ ਔਰ ਟਰੈਕਟਰ ਦਾ ਇੱਕ ਇੱਕ ਨਟ ਜਿਹੜਾ ਹੈ ਜੀ ਵਲਤੀ ਹੈ ਔਰ ਜਨੂਨ ਹੈ ਇਹ ਤੁਸੀਂ ਗੇਅਰ ਹਿੱਸਾ ਦੇਖ ਲਓ ਇੱਥੋਂ ਵੀ ਤੁਸੀਂ ਦੇਖ ਲਓ ਇਹ ਪੈਡਲ ਜਿਹੜੇ ਟਰੈਕਟਰ ਦੇ ਬਹੁਤ ਕਮ ਇਸਤੇਮਾਲ ਕੀਤਾ ਗਿਆ ਹੋਆ ਬਚਿਆ ਹੋਇਆ ਟਰੈਕਟਰ ਹੈ ਸਾਈਡਾਂ ਤੋਂ ਅਗਰ ਦੇਖ ਲੋ ਤਾਂ ਦੇਖ ਲੋ ਮਾਡੀਗਾਰਡ ਬਿਲਕੁਲ ਉਕੇ ਪਿਆ ਪੂਰਾ ਹੈ। ਔਰ ਟੈਰਨ ਦੀ ਕੰਡੀਸ਼ਨ ਬਹੁਤ ਹੀ ਬਰਦਸਤ। ਤਾਂ ਬੰਪਰ ਜਿਹੜਾ ਹੈ ਇਸ ਤਰਜ਼ ਦਾ ਹੈ। ਔਰ ਲੋਕੇਸ਼ਨ ਦੱਸਦਾ ਜਮਾ ਦੋਸਤੋ ਜੋਇਆ ਟਰੈਕਟਰ ਸ਼ੋਰੂਮ ਖੁਸ਼ਾਬ ਦੇ ਵਿੱਚ ਟਰੈਕਟਰ ਅੱਜ ਦੀ ਤਾਰੀਖ 13 ਦਸੰਬਰ ਦੋ ਹਜ਼ਾਰ ਇੱਕੀ ਮੌਜੂਦ ਹੈ ਅਵੇਲੇਬਲ ਹੈ ਔਰ ਦੋਸਤੋ ਅਗਰ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਇਸ ਟਰੈਕਟਰ ਦੀ ਡਿਮਾਂਡ ਕਰ ਰਿਹਾ ਪੰਦਰਾਂ ਲੱਖ ਪੰਜਾਹ ਹਜ਼ਾਰ ਪੰਦਰਾਂ ਲੱਖ ਪੰਜਾਹ ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਹੈ ਜੀ ਮਾਲਕ ਦਾ ਕਹਿਣਾ ਜੀ ਮੌਕੇ 'ਤੇ ਕੁਛ ਕਮੀ ਬੇਸ਼ੀ ਵੀ ਹੋ ਸਕਦੀ ਹੈ ਤਾਂ ਮਾਲਕ ਦਾ ਰਾਬਤਾ ਨੰਬਰ ਵਟਸਐਪ ਨੰਬਰ ਵਟਸਐਪ ਨੰਬਰ 'ਤੇ ਰਾਬਤਾ ਹੋ ਸਕੇਗਾ ਤੁਹਾਡਾ ਮਾਲਕ ਦਾ ਵਟਸਐਪ ਨੰਬਰ ਮੈਂ ਡਿਸਕ੍ਰਿਪਸ਼ਨ ਦੇ ਰਿਹਾ ਤੁਸੀਂ WhatsApp ਤੇ ਮਾਲਕ ਦੇ ਨਾਲ رابطہ ਕਰ ਸਕਦੇ ਹੋ ਤਾਂ ਦੋਸਤੋ ਇਨਫਾਰਮੇਸ਼ਨਸ ਹੈ ਇੱਕ ਮਾਡਲ ਬਾਰੇ अच्छी लगे तो लाइक शेयर जरूर ਕਰ ਦੇਣਾ ਅੱਲਾ ਫੈਜ਼